ਪਲਾ ਹੋ ਪਲਾ ਸੇਵਾ ਸੁਸਾਇਟੀ ਵੱਲੋਂ ਹਰ ਸਾਲ ਇਸੇ ਤਰ੍ਹਾਂ ਹੀ ਰੋਟੀ ਡੇ ਸੈਲੀਬ੍ਰੇਸ਼ਨ ਕੀਤਾ ਜਾਂਦਾ ਹੈ। ਪੰਜਾਬੀ ਭਰਾਵਾਂ ਨੂੰ ਜੋ ਕਰਨਾ ਚਾਹੀਦਾ, ਵੈਲਨ ਡੇ ਨਹੀਂ ਕਰਨਾ ਚਾਹੀਦਾ, ਆਪਣਾ ਰੋਟੀ ਬਣਾਉਣੀ ਚਾਹੀਦੀ। ਰੋਟੀ ਨੂੰ ਆਪਾਂ ਜਿਵੇਂ ਭੁੱਖਾ ਹੁੰਦਾ ਬੰਦਾ, ਰੋਟੀ ਖਾਣ ਬੈਠਾ ਹੁੰਦਾ, ਉਹਨੂੰ ਰੋਟੀ ਖਵਾਉਣੀ ਚਾਹੀਦੀ ਬਸ, ਆਪਣੇ ਗੱਲ ਹੈ। ਸਰ ਬਹੁਤ ਵਧੀਆ ਉਪਰਾਲਾ ਕਰ ਰਹੇ, ਰੋਟੀ ਡੇ ਸੈਲੀਬ੍ਰੇਸ਼ਨ ਕਰ ਰਹੇ ਆਪਾਂ ਵੈਲਨਟਾਈਨ ਡੇ ਨੂੰ ਲੈ ਕੇ, ਕੀ ਕਹਿਣਾ ਚਾਹੋਗੇ ਸਰ? ਬਸ ਵੈਲਨ ਡੇ ਕਰਕੇ ਇਹੀ ਕਹਿਣਾ ਚਾਹੁੰਦੇ ਹਾਂ ਆਪਣੇ ਪੰਜਾਬੀ ਭਰਾਵਾਂ ਨੂੰ, ਜੋ ਕਰਨਾ ਚਾਹੀਦਾ ਵੈਲਨ ਡੇ ਨਹੀਂ ਕਰਨਾ ਚਾਹੀਦਾ, ਆਪਣਾ ਰੋਟੀ ਬਣਾਉਣੀ ਚਾਹੀਦੀ, ਰੋਟੀ ਡੇ ਕਰਕੇ ਮਿਲਾਉਣੀ ਚਾਹੀਦਾ। ਓਕੇ, ਵੈਲਨਟਾਈਨ ਦੇਖਿਆ ਜਾਵੇ ਪਿਆਰ ਮੁਹੱਬਤ ਦਾ ਦੇਣ ਹੈ, ਤੇ ਰੋਟੀ ਨੂੰ ਲੈ ਕੇ ਕਿਸ ਤਰ੍ਹਾਂ ਅਲੱਗ ਸੋਚ ਆਈ ਤੁਹਾਡੇ? ਰੋਟੀ ਨੂੰ ਆਪਾਂ ਜਿਵੇਂ ਇੱਕ ਭੁੱਖਾ ਹੁੰਦਾ ਬੰਦਾ, ਰੋਟੀ ਖਾਣ ਬੈਠਾ ਹੁੰਦਾ, ਉਹਨੂੰ ਰੋਟੀ ਖਵਾਉਣੀ ਚਾਹੀਦੀ ਬਸ, ਆਪਣੇ ਇਹ ਗੱਲ ਹੈ। ਜਿੱਦਾਂ ਕਿ ਤੁਸੀਂ ਸਾਰੇ ਜਾਣਦੇ ਹੀ ਹੈ, ਆਪਾਂ 8 ਸਾਲਾਂ ਤੋਂ ਰੋਟੀ ਡੇ ਮਨਾ ਰਹੇ ਹਾਂ, ਅਤੇ ਸਾਡੀ ਐਨ ਜੀ ਓ ਦਾ ਵੈਸੇ ਵੀ ਮੋਸਟਲੀ ਕੰਮ ਹੁੰਦਾ ਭਲੇ ਦੇ ਕੰਮ, ਹੋਸਪਿਟਲ ਦੇ ਇਲਾਜ, ਸਕੂਲ ਦੀ ਸਫਾਈ ਅਤੇ ਹੋਰ ਮਤਲਬ ਰਾਸ਼ਨ ਦੇਣਾ ਹਰ ਮੁਸ਼ਕਿਲ। ਉਹਦੇ ਇੱਕ ਉਪਰਾਲਾ ਦੀ ਸੋਚ ਕੀਤੀ ਪਹਿਲਾਂ ਕਿ ਇਹਨੇ ਰੋਟੀ 14 ਤਰੀਕ ਨੂੰ ਜਿਹੜਾ ਮਨਾਉਂਦੇ ਹਨ ਆਪਣਾ ਪਿਆਰ ਦਾ ਦਿਨ, ਫਿਰ ਉਹ ਪਿਆਰ ਪਿਆਰ ਦੇ ਚੱਕਰ ਦੇ ਵਿੱਚ ਅਸੀਂ ਕਿਸੇ ਧੀਆਂ ਭੈਣ ਨੂੰ ਜੋੜਨਾ ਕਰਨਾ ਬਹੁਤ ਮਾਰਦੇ, ਬਹੁਤ ਗਲਤ ਕਰਦੇ, ਅਤੇ ਅਸੀਂ ਇਸ ਚੀਜ਼ ਨੂੰ ਉਲਟ ਆ ਕੇ ਕਰਦੇ ਹੋਏ ਅਸੀਂ ਇਹਦਾ ਨਾਮ ਰੋਟੀ ਦੇ ਰੱਖ ਦਿੰਦੇ ਹਾਂ, ਜੋ ਕਿ ਪੂਰਾ ਲੋਕੀ ਭੁੱਲਦੇ ਨੇ ਕਿ ਪਹਿਲੇ ਡੇਟ ਪੱਛਮੀ ਸਭਿਅਤਾ, ਪੱਛਮੀ ਸਭਿਅਤਾ ਨੂੰ ਆਪਾਂ ਛੱਡ ਕੇ ਨਾ ਪੰਜਾਬ ਦਾ ਕਲਚਰ ਨੂੰ ਸਮਝੋ, ਕਿ ਗੁਰੂਆਂ ਪੀਰਾਂ ਦੀ ਧਰਤੀ ਹੈ, ਲੰਗਰ ਚੱਲਦੇ ਆ ਰਹੇ ਨੇ, ਕਦੀ ਅਸੀਂ ਇਹਦਾ ਨਾਮ ਵੀ ਰੋਟੀ ਦੇ ਰੱਖਿਆ ਕਿ ਲੋਕ ਭੁੱਲਦੇ ਨੇ ਪਹਿਲੇ ਡੇਟ ਨੂੰ, ਚੌਦਾਂ ਆਪਣੀ ਇੱਕ ਯਾਦ ਰੱਖਣ ਆਪਣਾ ਰੋਟੀ ਦੇ ਰਹੇ। ਅਗਲੇ ਸਾਲ ਅਸੀਂ ਰੋਟੀ ਦੇ ਨਾਲ ਬਾਅਦ ਹੁਣ ਤੁਹਾਨੂੰ ਪਤਾ ਹੀ ਸਾਰਾ ਯੂਥ ਜਿਹੜਾ ਅੱਜ ਕੱਲ੍ਹ ਦਾ ਉਹ ਵੈਲਨਟਾਈਨ ਡੇ ਅੱਜ ਮਨਾ ਰਿਹਾ, ਕਿਸੇ ਪੁੱਛ ਭਾਅ ਕਿਹੜਾ ਦਿਨ ਉਹ ਕਦੋਂ ਵੈਲਨਟਾਈਨ ਆ ਰਿਹਾ, ਕਹਿੰਦਾ ਕਿਸੇ ਨੂੰ ਪਤਾ ਨਹੀਂ ਅੱਜ ਰੋਟੀ ਡੇ ਵੀ ਹੈ, ਕਹਿੰਦੇ ਜੀ ਆਪਾਂ ਚਾਹੁੰਦੇ ਹਾਂ ਕਿ ਇੱਕ ਜਿਹੜੀ ਵੈਲਨਟਾਈਨ ਡੇ ਦੀ ਸਟੈਂਪ ਲੱਗੀ ਹੋਈ ਹੈ 14 ਤਰੀਕ ਦੀ, ਉਹ ਕੋਈ ਪੰਜਾਬ ਤੋਂ ਸ਼ੁਰੂ ਹੋਵੇ ਕਿ ਵੈਲਨਟਾਈਨ ਡੇ ਦੀ ਇੱਕ ਸਟੈਂਪ ਮੁੱਕ ਜਾਵੇ ਅਤੇ ਆਪਣੀ ਰੋਟੀ ਡੇ ਦੀ ਸਟੈਂਪ ਲੱਗ ਜਾਵੇ, ਕਿਉਂਕਿ ਆਪਣਾ ਤੁਹਾਨੂੰ ਪਤਾ ਹੀ ਹੈ ਪੰਜਾਬ ਲੰਗਰ ਲਾਉਣ 'ਚ ਹੈਲਪਰ ਵੀ ਸਭ ਤੋਂ ਅੱਗੇ ਹੁੰਦੇ ਨੇ, ਪੰਜਾਬ ਅੱਗੇ ਵੀ ਗੁਰੂ ਪੀਰਾਂ ਦੀ ਧਰਤੀ ਹੈ, ਇੱਥੇ ਆਪਾਂ ਨੂੰ ਇਹ ਇੱਕ ਵੈਸਟਰਨ ਕਲਚਰ ਵਾਲੇ ਦਿਨ ਹੀ ਸ਼ੋਭਾ ਲਿਆਉਂਦੇ ਆ, ਗੋਰਿਆਂ ਦੇ ਦਿਨ ਜਿਹੜੇ ਆਪਾਂ ਉਹਨਾਂ ਦੇ ਰਾਹ 'ਤੇ ਚੱਲੀ ਜਾਂਦੇ ਹਾਂ, ਹੋ ਸਕੇ ਸਾਰੇ ਭਰਾ ਸਾਥ ਦੋਸਤੋ, ਜਿਵੇਂ ਆਪਾਂ ਦੇਖਿਆ ਹੁਣ ਇੱਥੇ 8ਵਾਂ ਰੋਟੀ ਡੇ ਸੈਲੀਬ੍ਰੇਸ਼ਨ ਕੀਤਾ ਜਾ ਰਿਹਾ ਵੈਲਨਟਾਈਨ ਡੇਜ਼ ਦੇ ਉੱਪਰ, ਇਹਨਾਂ ਦਾ ਕਹਿਣਾ ਹੈ ਕਿ ਵੈਲਨਟਾਈਨ ਨੂੰ ਅਲੱਗ ਤਰੀਕੇ ਨਾਲ ਮਨਾਉਣਾ ਚਾਹੀਦਾ, ਕਿਉਂਕਿ ਇਹ ਪੱਛਮੀ ਸਭਿਅਤਾ ਹੈ, ਇਸ ਨੂੰ ਮਨਾਉਣਾ ਹੀ ਨਹੀਂ ਚਾਹੀਦਾ, ਇਸ ਦੇ ਬਦਲੇ ਰੋਟੀ ਡੇ ਸੈਲੀਬ੍ਰੇਸ਼ਨ ਹੋਣੀ ਚਾਹੀਦੀ ਹੈ। ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਆਮ ਜਨਤਾ ਲੁਧਿਆਣਾ ਦੀ ਇਹ
ਇਹ ਰੋਟੀ ਡੇ ਸੈਲੀਬ੍ਰੇਸ਼ਨ ਕਰਨ ਲਈ ਲੰਗਰ ਖਾਣ ਲਈ ਬੇਤਾਬ ਨੇ, ਇੱਥੇ ਵੇਟ ਕਰ ਰਹੇ ਨੇ। ਇਹ ਕਰ ਭਲਾ ਹੋ ਭਲਾ ਸੇਵਾ ਸੁਸਾਇਟੀ ਵੱਲੋਂ ਹਰ ਸਾਲ ਇਸੇ ਤਰ੍ਹਾਂ ਹੀ ਰੋਟੀ ਡੇ ਸੈਲੀਬ੍ਰੇਸ਼ਨ ਕੀਤਾ ਜਾਂਦਾ ਹੈ, ਕਿਉਂਕਿ ਇਹਨਾਂ ਦਾ ਕਹਿਣਾ ਕਿ ਪੱਛਮੀ ਸੱਭਿਅਤਾ ਹੈ, ਇਹ ਖਤਮ ਹੋਣਾ ਚਾਹੀਦਾ ਹੈ ਅਤੇ ਇਸਦਾ ਨਾਂ ਰੋਟੀ ਡੇ ਹੀ ਰੱਖਣਾ ਚਾਹੀਦਾ ਹੈ। ਸੋ ਦੋਸਤੋ, ਹੋਰ ਇਸ ਤਰ੍ਹਾਂ ਖਬਰਾਂ ਦੇਖਣ ਲਈ ਦੇਖਦੇ ਰਹੋ ਖਬਰੀਆਲ ਟੀਵੀ। ਕੈਮਰਾਮੈਨ ਵਿਪਨ ਰੋੜਾ ਦੇ ਨਾਲ ਮੈਂ ਗੁਰਮੀਤ ਸਿੰਘ।